ਵਰਕ ਵੀਜ਼ੇ ਲਈ ਹਜ਼ਾਰਾਂ ਡਾਲਰ ਅਦਾ ਕਰਨ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੇ ਦਰਜਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਮਗਰੋਂ ਨਿਊਜ਼ੀਲੈਂਡ ਐਨਜ਼ੈਡ ਨੇ ਕਰਮਚਾਰੀ ਸ਼ੋਸ਼ਣ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੇ ਚਲਦਿਆਂ ਹੀ ਇੰਪਲੋਇਰ ਮਾਨਤਾ ਰੱਦ ਕਰ ਦਿੱਤੀ ਹੈ ਅਤੇ ਬਾਕੀਆਂ ਦੀ ਜਾਂਚ ਵੀ ਚੱਲ ਰਹੀ ਹੈ ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਘੱਟੋ ਘੱਟ 100 ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਮਾਲਕਾਂ ਦੁਆਰਾ ਉਹਨਾਂ ਦੇ ਮਾਨਤਾ ਪ੍ਰਾਪਤ ਇੰਪਲੋਇਰ ਵਰਕ ਵੀਜ਼ਿਆਂ ਲਈ ਆਫਸ਼ੋਰ ਏਜੰਟਾਂ ਨੂੰ ਹਜ਼ਾਰਾਂ ਡਾਲਰ ਦਾ ਭੁਗਤਾਨ ਕਰਨ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ ਇਸ ਸੰਬੰਧੀ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਆਰਐਨਜੈਡ ਦਾ ਸ਼ੋਸ਼ਣ ਕਈ ਖੇਤਰਾਂ ਦੇ ਵਿੱਚ ਹੋ ਰਿਹਾ ਹੈ ਜਿਸ ਦੇ ਵਿੱਚ ਕੰਸਟਰਕਸ਼ਨ ਹਸਪਿਟੈਲਿਟੀ ਅਤੇ ਬਜ਼ੁਰਗਾਂ ਦੀ ਦੇਖਭਾਲ ਜਿੱਥੇ ਭਾਰਤ ਨੇਪਾਲ ਸ਼੍ਰੀਲੰਕਾ ਅਤੇ ਦੱਖਣੀ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਕਾਮੇ ਸ਼ਾਮਲ ਹਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਜਨਰਲ ਮੈਨੇਜਰ ਰਿਚਰਡ ਓਵੇਨ ਨੇ ਕਿਹਾ ਹੈ ਕਿ ਸਥਿਤੀ ਚਿੰਤਾਜਨਕ ਹੈ ਅਤੇ ਉਹ ਇਸ ਗੱਲ ਤੋਂ ਜਾਣੂ ਹਨ ਕਿ ਏਜੰਟਾਂ ਦੁਆਰਾ ਪ੍ਰਵਾਸੀਆਂ ਤੋਂ 14,000 ਤੋਂ $30,000 ਤੱਕ ਦਾ ਖਰਚਾ ਲਿਆ ਜਾ ਰਿਹਾ ਹੈ ਅਤੇ ਕੁਝ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਥੇ ਇਹ ਸੱਚਮੁੱਚ ਕਹਿਣਾ ਮਹੱਤਵਪੂਰਨ ਹੈ ਕਿ ਪ੍ਰਵਾਸੀਆਂ ਦਾ ਸ਼ੋਸ਼ਣ ਹੋ ਰਿਹਾ ਹੈ ਓਵੇਨ ਨੇ ਚੈੱਕ ਪੁਆਇੰਟ ਨੂੰ ਦੱਸਿਆ ਹੈ ਕਿ 53 ਕੰਪਨੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ 16 ਹੋਰ ਕੰਪਨੀਆਂ ਦੀ ਮਾਨਤਾ ਮੁਅੱਤਲ ਜਾਂ ਰੱਦ ਕੀਤੀ ਜਾ ਸਕਦੀ ਹੈ ਉਸਨੇ ਕਿਹਾ ਕਿ ਆਈਐਨਜੈਡ ਦਾ ਉਦੇਸ਼ ਸਾਰੇ ਮਾਨਤਾ ਪ੍ਰਾਪਤ ਮਾਲਕਾਂ ਦਾ 15% ਆਡਿਟ ਕਰਨਾ ਹੈ ਜਿਸ ਵਿੱਚ 430 ਤੋਂ ਵੱਧ ਮੁਕੰਮਲ ਹਨ ਅਤੇ 1500 ਚੈੱਕ ਚੱਲ ਰਹੇ ਹਨ ਹਾਲਾਂਕਿ ਆਈਐਨਜੈਡ ਤੋਂ ਇੱਕ ਈਮੇਲ ਬਿਆਨ ਵਿੱਚ ਉਹਨਾਂ ਨੇ ਕਿਹਾ ਹੈ ਕਿ 1300 ਪੋਸਟ ਐਕਰੀਡੇਸ਼ਨ ਚੈੱਕ ਚੱਲ ਰਹੇ ਹਨ ਨਿਊਜ਼ੀਲੈਂਡ ਦੇ ਵਿੱਚ 23,744 ਮਾਨਤਾ ਪ੍ਰਾਪਤ ਇੰਪਲੋਇਰ ਹਨ ਓਵੇਨ ਨੇ ਕਿਹਾ ਹੈ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ਤੇ ਹੈ ਅਤੇ ਆਈਐਨਜੈਡ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਇੰਪਲੋਇਰ ਪੀਪਲ ਟ੍ਰੈਫਿਕਿੰਗ ਵਰਗੇ ਗੰਭੀਰ ਅਪਰਾਧਾਂ ਦੇ ਵਿੱਚ ਤਾਂ ਸ਼ਾਮਲ ਨਹੀਂ ਹਨ ਉਹਨਾਂ ਸਾਰੇ ਪ੍ਰਵਾਸੀਆਂ ਨੂੰ ਕਿਹਾ ਹੈ ਕਿ ਨਿਊਜ਼ੀਲੈਂਡ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਬਿਊਰੋ ਰਿਪੋਰਟ ਐਨਜੈਡ ਪੰਜਾਬੀ ਨਿਊਜ਼